ਕਿਆ ਜਾਂਦਾ ਹੈ ਕਿ ਇਨਸੂਲਿਨ ਤੋਂ ਬਿਨਾ ਕੋਈ ਚਾਂਸ ਹੀ ਨਹੀਂ ਹੈ ਡਾਇਬੀਟਿਸ ਤੋਂ ਬਚੰਦਾ ਜਾਂ ਜਿਹੜੀ ਇੱਕ ਕਿਹਾ ਜਾਂਦਾ ਹੈ ਕਿ ਮੈਡੀਸਨ ਤੋਂ ਬਿਨਾ ਡਾਇਬੀਟਿਸ ਤੋਂ ਨਹੀਂ ਬਚਿਆ ਜਾ ਸਕਦਾ ਤੁਸੀਂ ਹੋਮਿਓਪੈਥੀ ਪ੍ਰੈਕਟਿਸ ਕਰਦੇ ਹੋ ਤੁਸੀਂ ਐਲੋਪੈਥ ਜਿਹੜਾ ਆਯੁਰਵੈਦਿਕ ਵੀ ਪ੍ਰੈਕਟਿਸ ਕਰਦੇ ਹੋ ਸੋ ਕੀ ਇਹੋ ਜਿਹਾ ਲਾਈਫਸਟਾਈਲ ਚੇਂਜ ਲਿਆ ਸਕਦੇ ਆ ਜਾਂ ਕਿਸ ਤਰ੍ਹਾਂ ਇਹਨੂੰ ਜਿਹੜਾ ਇਹ ਤੁਹਾਡੀ ਹੋਮਿਓਪੈਥੀ ਵਿੱਚ ਦਾ ਇਲਾਜ ਹੈ ਠੀਕ ਹੈ ਦੇਖੋ ਪਹਿਲਾਂ ਤਾਂ ਆਪਾਂ ਕਾਰਨ ਹੈ ਤੇ ਅੱਜ ਇਹ ਵੀ ਹੋਏ ਕਿਉਂ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਹੋਮ ਡਿਲੀਵਰੀ ਫੂਡ ਦੀ ਆ ਗਈ ਹੈ ਇਹ ਬਹੁਤ ਵੱਡੀ ਮੁਸੀਬਤ ਹੈ ਪੂਰੀ ਸ਼ਾਮ ਨੂੰ ਲੋਕਾਂ ਨੂੰ ਘਰ ਖੂਬ ਸਾਰਾ ਖਾਣੋ ਮਿਲਦਾ ਤੁਸੀਂ ਹੈਰਾਨ ਹੋ ਜਾਓਗੇ ਜਿੰਨਾ ਅਸੀਂ ਖਾਂਦੇ ਅੱਜ ਦੀ ਡੇਟ 'ਚ ਜਿੰਨਾ ਪੰਜਾਬੀ ਖਾਂਦੇ ਨੇ ਉਹਦਾ 2/3 ਅਸੀਂ ਡਾਕਟਰਾਂ ਨੂੰ ਦਵਾਈਆਂ ਵਾਸਤੇ ਖਾਂਦੇ ਆ 1/3 ਦੀ ਸਾਨੂੰ ਲੋੜ ਹੈ 2/3 ਅਸੀਂ ਐਕਸਟਰਾ ਖਾਂਦੇ ਆ ਆਯੁਰਵੈਦ ਕਹਿੰਦਾ ਮਤਲਬ ਇੱਕ ਵਾਰੀ ਜਾਂ ਦੋ ਵਾਰੀ ਤੋਂ ਵੱਧ ਤਾਂ ਖਾਣਾ ਹੀ ਨਹੀਂ ਚਾਹੀਦਾ ਮੇਨ ਮੀਲ ਜਿਹੜੇ ਦੋ ਨੇ ਇਸ ਵੇਲੇ ਅਸੀਂ ਦੇਖਦੇ ਸੀ ਕੁਝ ਸਾਲ ਪਹਿਲਾਂ 40 50 ਸਾਲ ਪਹਿਲਾਂ ਸ਼ਾ ਵੇਲਾ ਔਰ ਲੋਡੇ ਵੇਲਾ ਕੋ ਟਾਈਮ ਲੋਖ ਖਾਂਦੇ ਸੋ ਜੀ 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 ਸੋ ਰੋਗੀ ਭੋਗੀ ਇਹ ਬਿਲਕੁਲ ਆਯੁਰਵੇਦ ਨੇ ਕਿਆ ਹੋਇਆ ਸੋ ਦੋ ਵਾਰੀ ਤੋਂ ਬਾਅਦ ਮੇਜਰ ਮੀਲ ਨਹੀਂ ਹੋਣੇ ਚਾਹੀਦੇ ਸਾਡੇ ਔਰ ਸ਼ਾਮ ਨੂੰ 7 ਵਜੇ ਤੋਂ ਬਾਅਦ ਕੁਝ ਵੀ ਨਹੀਂ ਖਾਣਾ ਲਿਵਰ ਨੂੰ ਟਾਈਮ ਤਾਂ ਦਿਓ ਸਰੀਰ ਨੂੰ ਠੀਕ ਕਰਨ ਦਾ ਲਿਵਰ ਨੇ ਹੀ ਰਿਪੇਅਰ ਕਰਨ ਡਾਇਬੀਟੀਜ਼ ਟੰਗ ਦੀ ਬਿਮਾਰੀ ਹੈ ਸਵਾਦ ਸਵਾਦ ਔਰ ਵੋਲਿਊਮ ਜੇ ਅਸੀਂ ਖਾਵਾਂਗੇ ਇੰਨਾ ਤਾਂ ਹੀ ਮੈਂ ਤੁਹਾਨੂੰ ਕਿਹਾ ਵੀ ਵਰਕ ਫਰੋਮ ਹੋਮ ਤੇ ਜਿਹੜਾ ਘਰ ਵਰਕ ਸਪਲਾਈ ਹੈ ਜਿਹੜੇ ਫੂਡ ਡਿਲੀਵਰੀ ਵਾਲੇ ਨੇ ये असली कल्परट ने साड़ी टंग सबर ही नहीं करती खाई जा रहे हैं खाई जा रहे हैं तो अल्टीमेटली तो आना ही है ना मैम ने बिल्कुल ठीक किया स्क्रीनिंग थर्टी मैं कहना भी शुरू कर दो, जे कोई अठारह साल का बच्चा स्कूल च आ रहा और वह जो वजन नब्बे या पचानवे किलो है तो आई थिंक डायबटिज होएगी होएगी तो वाई टू वेट स्क्रीनिंग तो बचपन च भी स्टार्ट करनी पेगी जो हालात तो असं गुजर रहे हैं ਸਾਨੂੰ ਤੇ ਯੰਗ ਬਲੱਡ ਨੂੰ ਬਹੁਤ ਜ਼ਿਆਦਾ ਡਾਇਬੀਟਿਸ ਆ ਰਹੀ ਹੈ ਦੇਖੋ 14 ਕਰੋੜ ਲੋਕ ਇਸ ਵਕਤ ਪ੍ਰੀ ਡਾਇਬੀਟਿਕ ਨੇ ਪਰਚ ਜਿਨ੍ਹਾਂ ਨੇ ਅਗਲੇ 10 ਸਾਲ ਚ ਡਾਇਬੀਟਿਸ ਦੇ ਮਰੀਜ਼ਾਂ ਦੇ ਵਿੱਚ شمار ਹੋ ਜਾਣਾ ਹੈ ਜੀ ਉਹਨਾਂ ਨੂੰ 100% ਅਸੀਂ ਬਚਾ ਸਕਦੇ ਹਾਂ ਸਿਰਫ ਔਰ ਸਿਰਫ 75% ਖਾਣਾ ਰੋਕ ਲੋ ਖਾਣੇ ਦੀ ਕੁਆਲਿਟੀ ਚੇਂਜ ਕਰਨੀ ਹੈ ਹਾਈ ਗਲਾਈਸੈਮਿਕ ਇੰਡੈਕਸ ਫੂਡ ਨਹੀਂ ਖਾਣਾ ਸਿੰਪਲ ਭਾਸ਼ਾਤ ਸਮਝਾ ਦੇਣਾ ਦੁੱਧ ਛੱਡ ਦੇਣ ਚੀਨੀ ਛੱਡ ਦੇਣ ਵੀਟ ਛੱਡ ਦੇਣ ਰਾਈਸ ਛੱਡ ਜੇ ਚਾਰ ਤੁਸੀਂ ਛੱਡ ਦਿਓਗੇ ਤੇ ਅਗਲੇ 10 ਸਾਲਾਂ ਚ ਰਿਵਰਸ ਹੋ ਜਾਏਗੀ ਡਾਕਟਰ ਅੰਗਰ ਲੀਨ ਜੀ ਨੂੰ ਪੁੱਛ ਲੈ ਨਿਆ ਕਿ ਫਿਰ ਖਾਈਏ ਕੀ ਕੋਈ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਖਾਣ ਖਾਈਏ ਕੀ ਕਿਉਂਕਿ ਬਾਰੋਂ ਫਿੱਟ ਲੱਗਦੇ ਬਹੁਤ ਸਾਰੇ ਲੋਕ ਲੇਕਿਨ ਸਟ੍ਰੈਸ ਵੀ ਬਹੁਤ ਵੱਡਾ ਕਰ ਰਹਾ ਹੂੰ ਤੇ ਕਹਿਰ ਇਸ ਦਸਨ ਕਿ ਡਾਈਟ ਵਿੱਚ ਕੀ ਚੇਂਜਸ ਕਰਨੇ ਚਾਹੀਦੇ ਹੈ ਕਿ ਡਾਇਬੀਟਿਸ ਤੋਂ ਬਚਿਆ ਜਾਏ ਦੇਖੋ ਮੈਂ ਮੈਨ ਇਹ ਮੰਨਿਆ ਕਿ ਡਾਈਟ ਇੱਕ ਕੰਪੋਨੈਂਟ ਹੈ ਡਾਈਟ ਦੇ ਨਾਲ ਹੋਰ ਸਾਡੀਆਂ ਬਹੁਤ ਚੀਜ਼ਾਂ ਨਾਟ ਇਨਕਲੂਡਡ ਜਿਵੇਂ ਤੁਸੀਂ ਕਿਹਾ ਸਟ੍ਰੈਸ ਸਟ੍ਰੈਸ ਇੱਕ ਬਹੁਤ ਵੱਡੀ ਚੀਜ਼ ਹੈ ਸਾਡਾ ਸਰਕਾਡੀਅਮ ਰਿਦਨ ਸਾਡਾ ਸੌਣ ਦਾ ਤਰੀਕਾ ਉੱਠਣ ਦਾ ਤਰੀਕਾ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਹੈ ਡਾਈਟ ਤਾਈਂ ਕੰਮ ਕਰੇਗੀ ਔਰ ਡਾਇਬੀਟਿਸ हिंदुस्तानी इज इस करके भी बहुत ज्यादा हो रही है क्योंकि डायबिटीज एजुकेशन नहीं है सो दैट्स अ मेन बहुत जरूरी चीज है लोका नु पता ही नहीं है कि डायबिटीज लोके कहता है अच्छा जी ਸਾਡੀ 슈ગર ਵੱਧ ਗਈ ਹੈ ਇਹ ਖਾਣਾ ਬੰਦ ਕਰ ਦਿਓ ਇਹ ਖਾਣਾ ਖਾਣਾ ਤਾਂ ਹੀ ਕੰਮ ਕਰੇਗਾ ਜਾਂ ਤੁਸੀਂ ਚੰਗਾ ਖਾਓ ਜਾਂ ਬੁਰਾ ਖਾਓ ਜੇ ਤੁਸੀਂ ਬਾਕੀ ਚੀਜ਼ਾਂ ਨੂੰ ਨਾਲ ਲੈ ਕੇ ਚਲੋਗੇ ਸੋ ਤੁਹਾਡੀ ਸਟ्रेस ਤੁਹਾਡੀ ਫਿਜ਼ੀਕਲ ਐਕਟੀਵਿਟੀ ਲੋਕੇ ਅੱਜ ਕੱਲ ਕਾਰ ਇੱਚੋਂ ਬੈਠਦੇ ਆ ਉੱਥੇ ਉਤਰ ਜਾਂਦੇ ਕੋਈ ਚੱਲਣਾ ਨਹੀਂ कोई लोग है या तो एक्सट्रॉर्डनरी ज़्यादा काम कर रहे हैं फिजिकल एक्टिविटी या बिल्कुल भी नहीं कर रहे सो आई बिलीव कि पांच पिलरस आते हैं जैसे साढ़े नाल नाल चलते हैं तोडियम ब्रिदन जिमें क्या दो स्लीप पैटर्न सोना सोन का टाइम उठन का टाइम थोड़े खान पीन टाइमिंगस खाना ठीक है ਤੁਸੀਂ ਸੋਚ ਲਿਆ ਕਿ ਅੱਛਾ ਮੈਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਇਹ ਚੀਜ਼ਾਂ ਅਸੀਂ ਕਰਨੀਆਂ ਹਨ ਪਰ ਕਿਸ ਟਾਈਮ ਤੇ ਜੋ ਤੁਸੀਂ ਆਪਣਾ ਲੰਚ ਹੀ 4 ਵਜੇ ਕਰ ਰਹੇ ਹੋ ਉਹਦਾ ਕੋਈ ਫਾਇਦਾ ਨਹੀਂ ਹੈ ਫਿਰ ਤੁਹਾਡਾ ਤਰੀਕਾ ਔਰ ਤੁਹਾਡੇ ਟਾਈਮਿੰਗਸ ਬੜੇ ਜ਼ਰੂਰੀ ਹੈ ਤੁਹਾਡੀ ਮੈਡੀਕਲ ਇੰਟਰਵੈਂਸ਼ਨ ਜਿਵੇਂ ਮੈਮ ਨੇ ਕਿਹਾ ਸਕਰੀਨਿੰਗ ਸੋ ਦੈਟਸ ਅ ਥਰਡ ਕੰਪੋਨੈਂਟ ਤੁਹਾਡਾ ਮੈਡੀਕਲ ਇੰਟਰਵੈਂਸ਼ਨ ਬਹੁਤ ਜ਼ਰੂਰੀ ਹੈ ਸਕਰੀਨਿੰਗ ਇਹ ਨਹੀਂ ਹੈ ਪੇਸ਼ੈਂਟਸ ਨੂੰ ਪਤਾ ਹੀ ਨਹੀਂ ਹੈ ਅਗਰ ਕੋਈ ਹੈਗੇ ਵੀ ਹੈ ਤੇ ਇਨਸੂਲਿਨ ਤੇ ਵੀ ਹੈ ਪੇਸ਼ੈਂਟਸ ਸਾਡੇ ਕੋਲ ਕਿੰਨੇ ਪੇਸ਼ੈਂਟਸ ਆਉਂਦੇ ਆ ਕਦੀ ਫਾਸਟਿੰਗ 슈ਗਰ ਸੀ ਚੈੱਕ ਨਹੀਂ ਕੀਤੀਆਂ ਮੈਮ 2 ਸਾਲ ਹੋ ਗਏ ਡਾਕਟਰ ਕੋ ਗਏ ਸੀਗੇ ਸੋ ਫਿਰ ਉਹ ਜਦ ਆਂਦੇ ਆ ਫਿਰ ਉਸ ਨਾਲ ਉਹਦੇ ਰਿਪਰਕਸਨਸ ਨਾਲ ਆਂਦੇ ਆ ਮੈਮ ਜਿਵੇਂ ਦੱਸਣਗੇ ਤੁਹਾਨੂੰ ਕਿ ਕਿਸ ਤਰ੍ਹਾਂ ਡਾਇਬੀਟਿਕ ਫੂਟੇਜ ਕਨਵਰਟ ਹੋ ਜਾਂਦੀ ਹੈ ਇਹ ਚੀਜ਼ ਡਾਈਟ ਦੇ ਵਿੱਚ ਅਗਰ ਤੁਸੀਂ ਕੱਲਰ ਡਾਈਟ ਦੀ ਗੱਲ ਕਰੋ ਨੋਰਮਲ ਖਾਣਾ ਪੀਣਾ ਕਰਦਾ ਸਾਦਾ ਖਾਣਾ ਇਸ ਦਾ ਕੀ ਟੂ ఎవਰੀਥਿੰਗ ਜਕੀਬ ਜੀ ਉਹ ਮੈਸੇਜ ਜਿਹੜਾ ਸੀ ਨਾ ਟਾਈਮ ਤੇ ਖਾਣਾ ਹਾਂਜੀ 4 ਵਜੇ ਲੰਚ ਕਰਨਾ ਇਹ ਤੁਹਾਡੇ ਲਈ ਵੀ ਸੀ ਸਾਡੇ ਲਈ ਕਿਉਂਕਿ ਅਸੀਂ 5:30 ਲੰਚ ਕਰਦੇ ਹਾਂ ਔਰ 12 ਵਜੇ ਆਫਿਸ ਤੋਂ ਜਾ ਕੇ ਰੋਟੀ ਕਰਨੀ ਨਹੀਂ ਸਰ ਇਹ ਬਹੁਤ ਜ਼ਰੂਰੀ ਆਪਣੇ ਟਾਈਮਿੰਗਸ ਥੋੜੇ ਜਿਹਾ ਕਰੈਕਟ ਕਰਨੇ ਮੈਂ ਆਪਣੇ ਪੇਸ਼ੈਂਟਸ ਨੂੰ ਜਰਰੀ ਕਹਨੀ ਹੈ ਦੇਖੋ ਦਿਨ 24 ਘੰਟੇ ਆ ਓਕੇ ਤੁਸੀਂ 1 ਘੰਟਾ ਆਪਣੇ ਆਪ ਨੂੰ ਦੇਣਾ ਸ਼ੁਰੂ ਕਰੋ ਜਿੱਦੇ 10 ਮਿੰਟ ਬ੍ਰੈਕਫਾਸਟ ਦੇ ਤੁਹਾਡੇ 10 ਮਿੰਟ ਲੰਚ ਦੇ ਤੁਹਾਡੇ 10 ਮਿੰਟ ਡਿਨਰ ਦੇ ਤੁਹਾਡੇ 10 ਮਿੰਟ ਥੋੜਾ ਜਿਹਾ ਆਪਣੇ ਆਪ ਨੂੰ ਡੀ-ਸਟ्रेस ਕਰਨਾ ਕਿ ਮੈਂ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਿਤਾਉਣਾ ਚਾਹਨਾ ਜਾਂ ਚਾਹਨੀ ਆ ਓਕੇ ਪਰ ਵੀ 10 ਮਿੰਟ ਆਪਣੀ ਕਿਸੇ ਵੀ ਤਰ੍ਹਾਂ ਦੀ ਮੈਡੀਟੇਸ਼ਨ ਵਟ ਏਵਰ ਯੂ ਫੀਲ ਲਾਈਕ ਚਾਹ ਤੁਸੀਂ ਪਾਠ ਕਰੋ ਚਾਹ ਤੁਸੀਂ ਕੁਝ ਵੀ ਆਪਣਾ 10 ਮਿੰਟ ਆਪਣੇ ਆਪ ਨੂੰ ਤਾਂ ਵੀ ਦੁਨੀਆ ਨੂੰ ਦੇਣ ਵਾਸਤੇ ਤੁਹਾਡੇ ਕੋਲ 23 ਘੰਟੇ 10 ਮਿੰਟ ਹੈ ਸੋ ਜਸਟ ਸਟਾਰਟ ਗਿਵਿੰਗ ਥੈਟ ਇੱਕ ਘੰਟਾ ਆਪਣੇ ਆਪ ਨੂੰ ਦੇਣਾ ਸ਼ੁਰੂ ਕਰੋ ਬਸ ਗੱਲ ਬਹੁਤ ਇੰਪੋਰਟੈਂਟ ਹੈ ਅਵੇਅਰਨੈਸ ਦੀ অর ਇਹੀ ਵਜ੍ਹਾ ਕਿ ਅੱਜ ਅਸੀਂ ਵਰਲਡ ਡਾਇਬੀਟਿਸ ਡੇ ਤੇ ਹਾਂ ਜੀ ਡਾਇਬੀਟਿਸ ਐਜੂਕੇਸ਼ਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂ ਜੀ ਹਾਂ ਜੀ